ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰ ਟੀਵੀ, ਮੈਂ ਹਾਂ ਸੰਦੀਪ ਸ਼ਰਮਾ। ਸੋ ਜਿੱਥੇ ਲੁਧਿਆਣਾ ਦੀ ਟ੍ਰੈਫਿਕ ਪੁਲਿਸ ਨੇ ਹਰ ਆਟੋ ਚਾਲਕਾਂ ਵਿੱਚ ਜਿਹੜੀ ਸਖਤੀ ਦੇ ਆਦੇਸ਼ ਜਾਰੀ ਕੀਤੇ ਸੀ, ਉਹਨਾਂ ਨੂੰ ਡਰੈਸ ਪਾਉਣ ਦੇ ਕੋਡ ਦਿੱਤੇ ਸੀ, ਤਾਂ ਕਿਤੇ ਨਾ ਕਿਤੇ ਜਿਹੜੇ ਆਟੋ ਵਾਲੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਵਾਸਤੇ ਉਹਨਾਂ ਦੇ ਜਿਹੜੇ ਟ੍ਰੈਫਿਕ ਨਿਯਮਾਂ ਦਾ ਪਾਲਣ ਵੀ ਕਰਦੇ ਅਤੇ ਵਰਦੀ ਵੀ ਪਾਉਣੀ ਸ਼ੁਰੂ ਕਰਤੀਆਂ, ਆਟੋ ਲੱਗੇ ਪਿੱਛੇ ਨੰਬਰ ਵੀ ਲਗਾਉਣੇ ਸ਼ੁਰੂ ਕਰਤੇ, ਲੇਕਿਨ ਕਿਤੇ ਨਾ ਕਿਤੇ ਹਜੇ ਵੀ ਜਿਹੜੇ ਕੁਛ ਪੁਲਿਸ ਮੁਲਾਜ਼ਮ ਹੈ ਇਹਨਾਂ 'ਤੇ ਤਸ਼ੱਦਦ ਢਾਉਂਦੇ ਆ। ਇੱਦਾਂ ਦਾ ਇੱਕ ਮਾਮਲਾ ਲੁਧਿਆਣਾ ਦੇ ਰੇਲਵੇ ਸਟੇਸ਼ਨ ਆ, ਜਦੋਂ ਇੱਕ ਆਟੋ ਵਾਲਾ ਸਵਾਰੀਆਂ ਲੈ ਕੇ ਜਦੋਂ ਸਟੇਸ਼ਨ ਅੰਦਰ ਆਉਂਦਾ ਤਾਂ ਜਦੋਂ ਗੱਡੀ ਟਰਨ ਕਰਦਾ ਤਾਂ ਇੱਥੇ ਹੀ ਜਿਹੜੇ ਰੇਲਵੇ ਦੇ ਪੁਲਿਸ ਮੁਲਾਜ਼ਮ ਹੁੰਦੇ ਆ ਉਹ ਇਸ ਆਟੋ ਵਾਲੇ ਨਾਲ ਤਸ਼ੱਦਦ ਢਾਉਂਦੇ ਆ। ਅਤੇ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ, ਇਹ ਉਹ ਸ਼ਖਸ ਆ ਆਟੋ ਵਾਲਾ ਜਦੋਂ ਸਵੇਰੇ ਆਉਂਦਾ। ਕੀ ਮਾਮਲਾ, ਗੱਲਬਾਤ ਕਰਦੇ ਹਾਂ, ਕੀ ਨਾਮ ਹੈ ਤੁਹਾਡਾ? ਸੰਦੀਪ ਸਿੰਘ ਜੀ। ਕੀ ਮਾਮਲਾ, ਕਿੰਨੇ ਵਜੇ ਸੀ ਮਾਮਲਾ? ਸਰ ਮੈਂ 10 ਵਜੇ ਆਟੋ ਲੈ ਕੇ ਆਇਆ ਜੀ, ਮੈਂ ਦੁਰਾਹੇ ਤੋਂ ਆਇਆ। ਸਵਾਰੀ ਦੇ ਵਿੱਚ? ਸਵਾਰੀ ਆ, ਮੈਂ ਬਾਹਰ ਲਾਤੀਆਂ ਸੀਗੀਆਂ ਜੀ, ਬਾਹਰ ਟ੍ਰੈਫਿਕ ਨਾ ਹੋਵੇ ਇਸ ਕਰਕੇ ਮੈਂ ਆਟੋ ਅੰਦਰੋਂ ਇੱਦਾਂ ਘੁਮਾਉਣ ਲੱਗਾ ਜੀ। ਸਿਰਫ 10 to 15 ਮਿੰਟ ਦੇ ਵਿੱਚ ਮੈਂ ਗੱਡੀ ਜਦੋਂ ਘੁਮਾਈ ਹੈ, ਮੇਰਾ ਆਟੋ ਬੈਕ ਨਹੀਂ ਹੋਇਆ, ਮੈਂ ਬੈਕ ਗੇਅਰ ਪਾ ਕੇ ਬੈਕ ਗੇਅਰ ਕਰਨ ਲੱਗਾ ਵਾਂ। ਇਹਨਾਂ ਨੂੰ ਦੋ ਮੁਲਾਜ਼ਮ ਆਏ ਆ, ਇੱਕ ਦਾ ਨਾਮ ਹੈ ਮਿੰਦਰ, ਇੱਕ ਦਾ ਨਾਮ ਹੈ ਮੁਲਖ ਰਾਜ। ਇਹਨਾਂ ਨੇ ਸਰ ਡੰਡੇ ਮਾਰੇ ਆ ਜੀ, ਕੋਈ ਮੇਰੇ ਕਰਕੇ, ਹਾਂਜੀ ਕੋਈ ਮੇਰੇ ਕਰਕੇ ਜਾਮ ਨਹੀਂ ਲੱਗਾ, ਕੋਈ ਮੇਰੇ ਕਰਕੇ ਸਵਾਰੀ ਨੂੰ ਪ੍ਰੋਬਲਮ ਨਹੀਂ ਹੋਈ ਹੈਗੀ। ਠੀਕ ਹੈ ਜੀ, ਮੈਂ ਸਿਰਫ ਇਹ ਕਹਿੰਦਾ ਵਾਂ ਜੀ, ਅਗਰ ਮੇਰੇ 'ਤੇ ਕੋਈ ਕਾਰਵਾਈ ਬਣਦੀ ਸੀਗੀ ਤਾਂ ਮੇਰੀ ਗੱਡੀ ਰੋਕ ਦੇ, ਮੇਰਾ ਚਲਾਨ ਕਰ ਦੇ, ਮੇਰੀ ਗੱਡੀ ਬੰਦ ਕਰ ਦੇ। ਠੀਕ ਹੈ ਜੀ, ਇਹਨਾਂ ਦਾ ਹੱਕ ਮਾਰਨ ਦਾ ਹੱਕ ਕਿਹਨੇ ਦਿੱਤਾ ਜੀ ਇਹਨਾਂ ਨੂੰ? ਕੁਛ ਕਿਹਾ ਨਹੀਂ, ਬੋਲਣ ਵੀ ਤੁਸੀਂ? ਹਾਂ ਦੇਖੋ ਸਰ, ਆਹ ਨਾਲ ਹੋਰ ਵੀ ਆਟੋ ਵਾਲੇ ਭਾਈਚਾਰਾ ਖੜਾ ਵਾ ਜੀ, ਇਹ ਜਦੋਂ ਤੱਕ ਇਕੱਠੇ ਹੋ ਕੇ ਇੱਧਰ ਨੂੰ ਆਉਣ ਲੱਗੇ ਆ, ਦੋਨੇ ਮੁਲਾਜ਼ਮ ਅੰਦਰ ਚਲੇ ਗਏ ਜੀ। ਬੰਦੇ ਗੱਲਬਾਤ ਕੀਤੀ, ਬਾਕੀ ਬੰਦੇ ਤੁਹਾਡੇ ਭਰਾਵਾਂ ਨੇ ਗੱਲ ਕੀਤੀ ਵੀ ਕਿਉਂ ਇਹਨਾਂ ਕੁੱਟਮਾਰ ਕੀਤੀ? ਗੱਲ ਕੀਤੀ ਉਸ ਤੋਂ 5 ਮਿੰਟ ਪਹਿਲਾਂ ਜੀ, ਮੈਂ ਨਹੀਂ ਕਹਿੰਦਾ, ਤੁਸੀਂ ਆ ਬਾਕੀ ਜਿਹੜੇ ਇੱਥੇ ਦੇ ਸਵਾਰੀਆਂ ਹੈਗੀਆਂ ਜਿਹੜੇ ਆਟੋ ਆਏ ਹੋਏ ਆ, ਜਿਹੜੇ ਰੇਲਵੇ ਤੋਂ ਕਰਦੇ ਆ ਸਫ਼ਰ ਕਰਦੇ ਆ, ਉਹਨਾਂ ਸਵਾਰੀਆਂ ਤੋਂ ਵੀ ਤੁਸੀਂ ਪੁੱਛ ਸਕਦੇ ਹੋ ਕਿ 5-10 ਮਿੰਟ ਪਹਿਲਾਂ ਇੱਕ ਬਜ਼ੁਰਗ 'ਤੇ ਵੀ ਉਹ ਹੱਥ ਚੁੱਕ ਕੇ ਗਿਆ ਜੀ, ਉਹ ਮੁਲਾਜ਼ਮ, ਉਹੀ ਮੁਲਾਜ਼ਮ, ਸੇਮ ਮੁਲਾਜ਼ਮ ਇੱਕ ਬਜ਼ੁਰਗ ਬੰਦੇ 'ਤੇ ਵੀ ਹੱਥ ਚੁੱਕ ਕੇ ਗਿਆ, ਉਹ ਬਜ਼ੁਰਗ ਬੰਦਾ ਇੱਥੇ ਮਤਲਬ ਥੱਲੇ ਗਿਰਿਆ ਹੋਇਆ ਸੀਗਾ। ਠੀਕ ਹੈ ਜੀ, ਹੁਣ ਮੈਨੂੰ ਨਹੀਂ ਪਤਾ ਕਿ ਮੇਰੇ 'ਤੇ ਉਹਨੇ ਕੀ ਖੁੰਦਕ ਕੱਢੀ ਹੈ, ਕਾਹਦੀ ਕੱਢੀ ਹੈ। ਮੈਂ ਅੱਗੇ ਵੀ ਆਉਂਦਾ ਜਾਂਦਾ ਜੀ, ਪਰ ਅੱਗੇ ਵੀ ਹੋਰ ਮੁਲਾਜ਼ਮ ਹੁੰਦੇ ਆ, ਉਹਨਾਂ ਨੇ ਕਦੇ ਵੀ ਸਾਨੂੰ ਇਹ ਨਹੀਂ ਕਿਹਾ ਹੈਗਾ ਗਾਲ ਨਹੀਂ ਕੱਢੀ। ਜਦੋਂ ਵੀ ਗੱਡੀ ਹਟਾਉਣੀ ਹੁੰਦੀ ਹੈ ਜਾਂ ਗੱਡੀ ਅੱਗੇ ਪਿੱਛੇ ਕਰਨੀ ਹੁੰਦੀ ਹੈ, ਉਹ ਪਿਆਰ ਨਾਲ, ਬੜੇ ਪਿਆਰ ਨਾਲ ਪੇਸ਼ ਆਉਂਦੇ ਆ। ਆਹ ਪਹਿਲਾ ਚਾਂਸ ਹੈ ਜੀ ਕਿ ਇਸ ਮੁਲਾਜ਼ਮ ਨੇ ਬਗੈਰ ਕੋਈ ਗਲਤੀ ਤੋਂ, ਬਗੈਰ ਕਿਸੇ ਵਜ੍ਹਾ ਤੋਂ, ਆਹ ਦੇਖੋ ਜੀ ਮੇਰੀ ਬਾਂਹ ਦਾ ਹਾਲ ਦੇਖ ਲਓ ਕੀ ਕੀਤਾ। ਮੁਲਾਜ਼ਮ ਹੈਗੇ ਆ ਰੇਲਵੇ ਸਟੇਸ਼ਨ, ਜਿਹੜੇ ਦੋ ਪੁਲਿਸ ਕਰਮਚਾਰੀ ਆ ਜਿਹਨਾਂ ਨੇ ਸਟੇਸ਼ਨ ਦੀ ਵਾਸਤੇ ਜਿਹੜਾ ਖੜ੍ਹੇ ਹੁੰਦੇ ਇੱਥੇ ਸੁਰੱਖਿਆ ਵਾਸਤੇ, ਲੇਕਿਨ ਆਟੋ ਵਾਲਾ ਜਦੋਂ ਸਵਾਰੀਆਂ ਲੈ ਕੇ ਅੰਦਰ ਆਉਂਦਾ ਤਾਂ ਇਹ ਉਸਦੀਆਂ ਤਸਵੀਰਾਂ ਵੀ ਦੇਖ ਸਕਦੇ ਹੋ ਕਿਸ ਤਰ੍ਹਾਂ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਦੀਆਂ ਤਸਵੀਰਾਂ ਸਾਡੇ ਸਾਹਮਣੇ ਆ ਰਹੀਆਂ। ਜਦੋਂ ਪੁਲਿਸ ਮੁਲਾਜ਼ਮ ਇੱਕ ਆਟੋ ਚਾਲਕ ਤੋਂ ਇੱਦਾਂ ਬਿਨਾਂ ਕਿਸੇ ਕਾਰਨ ਤੋਂ ਉਸਦੇ ਉੱਪਰ ਤਸ਼ੱਦਦ ਆ ਰਹੀ ਆ, ਅਗਰ ਕਸੂਰ ਆਟੋ ਵਾਲੇ ਅਸੀਂ ਤਾਂ ਪੁਲਿਸ ਮੁਲਾਜ਼ਮਾਂ ਨੂੰ ਉਹਦਾ ਆਟੋ ਜ਼ਿਆਦਾ ਚਲਾਨ ਕਰਨਾ ਚਾਹੀਦਾ ਸੀ, ਜ਼ਿਆਦਾ ਉਹਨੂੰ ਬੰਦ ਕਰਨਾ ਚਾਹੀਦਾ ਸੀ, ਲੇਕਿਨ ਕਿਤੇ ਨਾ ਕਿਤੇ ਇਹਦਾ ਇਨਸਾਨੀਅਤ ਨੂੰ ਸ਼ਰਮ ਸਾਂਭ ਰਹੀ। ਇੱਦਾਂ ਦੀ ਘਟਨਾ ਜਿਹੜੀ ਇੱਕ ਗਰੀਬ ਬੰਦੇ 'ਤੇ ਕਰਨੀ ਹੈ, ਜਿਹੜਾ ਮਿਹਨਤਕਸ਼ ਬੰਦਾ ਹੈ ਉਹਦੇ ਉੱਪਰ ਲਾਠੀਆਂ ਮਾਰਨਾ, ਸੋਟੀਆਂ ਮਾਰਨਾ, ਅਤੇ ਬਿਲਕੁਲ ਸਰਾਸਰ ਇੱਕ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਦੀ ਤਸਵੀਰ ਸਾਡੇ ਸਾਹਮਣੇ ਆ ਰਹੀ ਹੈ। ਮਾਮਲਾ ਅੱਜ ਲੁਧਿਆਣਾ ਦੇ ਰੇਲਵੇ ਸਟੇਸ਼ਨ ਦਾ, ਗੱਲਬਾਤ ਕਰ ਰਹੇ ਹਾਂ ਭਾਈ, ਕਿਸ ਤਰ੍ਹਾਂ ਬੜੀ ਮਿਹਨਤ ਵੱਲ ਕਰਦੇ ਆ, ਠੀਕ ਆ, ਜਸਟ ਅਗਰ ਆਟੋ ਵਾਲੀ ਗਲਤੀ ਸੀ ਤਾਂ ਪੁਲਿਸ ਦਾ ਫਰਜ਼ ਬਣਦਾ ਸੀ ਜਾਂ ਤਾਂ ਆਟੋ ਬੰਦ ਕਰਦਾ ਜਾਂ ਚਲਾਨ ਕਰਦਾ। ਅਤੇ ਵੱਡੇ ਭਾਅ ਜੀ ਦੇਖੋ, ਕੋਈ ਇਹਨਾਂ ਨੇ ਕੋਈ ਗਲਤੀ ਨਹੀਂ ਕੀਤੀ, ਸਿਰਫ ਆਟੋ ਅੰਦਰ ਆਇਆ, ਦੋ ਸਵਾਰੀਆਂ ਉਤਾਰੀਆਂ, ਉਤਾਰਨ ਤੋਂ ਬਾਅਦ ਗੱਡੀ ਸਿਰਫ ਟਰਨ ਲਿੱਤੀ ਹੈ, ਟਰਨ ਲੈਣ ਦੇ ਨਾਲ ਹੀ ਇੰਨੇ ਗੁੱਸੇ ਨਾਲ ਆ ਕੇ ਮੁਲਾਜ਼ਮ ਨੇ ਸੋਟੀਆਂ ਮਾਰੀਆਂ ਨੇ। ਮਾਤੜ ਬੰਦਾ, ਕਿਰਾਏ ਦੀ ਗੱਡੀ ਹੈ, ਸ਼ੀਸ਼ਾ ਟੁੱਟ ਗਿਆ, 2000 ਰੁਪਏ ਦਾ ਸ਼ੀਸ਼ਾ ਹੈ। ਚਲੋ ਜੇ ਮਾਲਕ ਜੇ ਸਾਨੂੰ ਕਹਿੰਦਾ ਸ਼ੀਸ਼ਾ ਪਵਾ ਕੇ ਦਿਓ, ਅਸੀਂ ਸ਼ੀਸ਼ਾ ਭਰਨਦਾਰ ਅਸੀਂ ਹਾਂ, ਹੈ ਨਾ, ਅਤੇ ਸਾਡਾ ਕੋਈ ਕਸੂਰ ਤਾਂ ਨਹੀਂ ਹੈਗਾ, ਅਸੀਂ ਕੋਈ ਚੋਰੀ ਨਹੀਂ ਕੀਤੀ, ਕੋਈ ਠੱਗੀ ਨਹੀਂ ਕੀਤੀ, ਕਿਸੇ ਦਾ ਜੇਬ ਨਹੀਂ ਵੱਢਿਆ, ਕਿਸੇ ਦਾ ਮੋਬਾਈਲ ਨਹੀਂ ਖੋਇਆ, ਮਿਹਨਤ ਕਰਦੇ ਹਾਂ। ਕਿਰਾਏ ਦੀ ਗੱਡੀ ਚਲਾਉਣ ਵਾਲੇ ਬੰਦੇ ਅਮੀਰ ਤਾਂ ਹੁੰਦੇ ਨਹੀਂ, ਜੇ ਆਪਾਂ
ਲੋਕਲ ਬੰਦਿਆਂ 'ਤੇ, ਲੁਧਿਆਣੇ ਸ਼ਹਿਰ ਦੇ ਵਿੱਚ ਰਹਿਣ ਵਾਲੇ ਬੰਦਿਆਂ 'ਤੇ ਅਸੀਂ ਅੱਤਿਆਚਾਰ ਕਰਾਂਗੇ, ਇਹ ਤਾਂ ਬਹੁਤ ਜ਼ੁਲਮ ਹੈ। ਇਹ ਪ੍ਰਸ਼ਾਸਨ ਦਾ ਹੱਕ ਨਹੀਂ ਬਣਦਾ, ਕਿਉਂਕਿ ਜਿਹੜਾ ਵੀ ਪ੍ਰਸ਼ਾਸਨ ਹੈ ਵਾਰਨਿੰਗ ਦਿੰਦਾ, ਅਗਲਾ ਕਹਿੰਦਾ ਵੀ ਇੱਕ ਵਾਰੀ ਕਹਿੰਦਾ, ਦੋ ਵਾਰੀ ਕਹਿੰਦਾ, ਵੀ ਜੇ ਕੋਈ ਗਲਤੀ ਵੀ ਨਹੀਂ, ਕੋਈ ਟ੍ਰੈਫਿਕ ਵੀ ਨਹੀਂ ਮਾਰਿਆ, ਬਹੁਤ ਗਲਤ ਕੀਤਾ, ਇਹ ਇੱਦਾਂ ਹੋਣਾ ਨਹੀਂ ਚਾਹੀਦਾ, ਇਹ ਬਹੁਤ ਗਲਤ ਗੱਲ ਹੈ। ਸੋ ਅੱਜ ਜਿਹੜਾ ਰੇਲਵੇ ਸਟੇਸ਼ਨ ਦਾ ਮਾਮਲਾ ਸੀ, ਜਿਹੜਾ ਅੱਜ ਜਿਹੜਾ ਇਸ ਆਟੋ ਸ਼ਖਸ ਦੇ ਉੱਪਰ, ਜਿਹੜਾ ਆਟੋ ਸਿਰਫ ਮੁੜਨ ਤੋਂ ਲੈ ਕੇ ਇਸ ਸ਼ਖਸ ਦੇ ਉੱਪਰ, ਜਿਹੜਾ ਪੁਲਿਸ ਕਰਮੀਆਂ ਵੱਲੋਂ ਜਿਹੜਾ ਇਨਸਾਨੀਅਤ ਨੂੰ ਸ਼ਰਮਸਾਰ ਕਰਦੇ ਇਸ ਬੰਦੇ ਉੱਤੇ, ਜਿਹੜਾ ਸੋਟੀਆਂ ਦਾ ਮਾਰ ਕੇ ਉਹਦੀ ਬਾਂਹ ਨੂੰ ਜ਼ਖਮੀ ਕਰ ਦਿੱਤਾ ਗਿਆ, ਕਿਤੇ ਨਾ ਕਿਤੇ ਇਨਸਾਨੀਅਤ ਨੂੰ ਸ਼ਰਮ ਪਾ ਰਹੀ ਤਸਵੀਰਾਂ। ਰੇਲਵੇ ਸਟੇਸ਼ਨ ਅੱਜ ਤਕਰੀਬਨ 10 ਵਜੇ ਦਾ ਮਾਮਲਾ ਹੈ, ਤਕਰੀਬਨ 10:30 ਦਾ ਮਾਮਲਾ, ਜਦੋਂ ਅੱਜ ਉਹ ਦੋ ਪੁਲਿਸ ਕਰਮਚਾਰੀਆਂ ਦੇ ਤਸ਼ਰਟ ਆਈ ਆ। ਗੱਲਬਾਤ ਉਹਨਾਂ ਨਾਲ ਵੀ ਕਰਾਂਗੇ ਕਿ ਮਾਮਲਾ ਸੀ, ਲੇਕਿਨ ਕਿਤੇ ਨਾ ਕਿਤੇ ਇੱਦਾਂ ਦੀ ਘਟਨਾ ਜਿਹੜੀ ਕਿਸੇ ਨਾ ਕਿਤੇ ਪੁਲਿਸ ਦੀ ਇਨਸਾਨੀਅਤ ਨੂੰ ਸ਼ਰਮ ਪਾ ਸਾਰ ਕਰਨ ਦੀ ਤਸਵੀਰ ਸਾਡੇ ਸਾਹਮਣੇ ਹੈਗੀਆਂ। ਸੋ ਸਟੇਸ਼ਨ ਜਿਹੜੇ ਆਟੋ ਚੱਲ ਰਹੇ ਪ੍ਰਧਾਨ ਮੇਰਾ ਖੜਿਆ, ਤੁਸੀਂ ਪ੍ਰਧਾਨ ਹੋ ਸਾਡੇ? ਹਾਂਜੀ ਹਾਂਜੀ, ਆਟੋ ਰਿਕਸ਼ਾ ਦੇ ਪ੍ਰਧਾਨ ਹੈ ਜੀ। ਮਾਮਲਾ ਸਾਡੇ ਸਾਹਮਣੇ ਹੋਇਆ, ਤੁਹਾਡੇ ਨਹੀਂ, ਸਾਨੂੰ ਨਹੀਂ ਪਤਾ ਜੀ ਇਸ ਚੀਜ਼ ਬਾਰੇ, ਅਸੀਂ ਅੰਦਰ ਸਟੈਂਡ ਤੋਂ ਚੱਲੀ ਦਾ ਸਰ। ਤੁਹਾਨੂੰ ਪਤਾ ਸੀ ਵੀ ਇੱਦਾਂ ਬੰਦੇ ਸੋਟੀਆਂ ਮਾਰੀ ਗਈ ਪੁਲਿਸ ਮੁਲਾਜ਼ਮਾਂ ਨੂੰ? ਸੋਟੀਆਂ ਸਰ, ਅਸੀਂ ਤਾਂ ਪਰਲੇ ਪਾਸੇ ਖੜੇ ਸੀ, ਸਾਨੂੰ ਹੁਣ ਫੋਨ ਗਿਆ ਸੀ ਤਾਂ ਆਏ ਹਾਂ। ਇਹ ਕਿਉਂ, ਇਹ ਕੀ ਲੱਗ ਰਿਹਾ ਵੀ ਆਟੋ ਵਾਲੇ ਕਿਉਂ ਮਾਰੀ ਗਈਆਂ? ਸਰ ਇਹ ਆਟੋ ਵਾਲੇ ਪਤਾ ਕੀ ਗੱਲ ਹੈ, ਜਿਹੜੇ ਆਉਂਦੇ ਨੇ ਨਾ ਜੀ ਬਾਹਰ ਗੇਟ 'ਤੇ ਲੱਗੇ ਹੁੰਦੇ ਨੇ, ਉਹ ਪੁਲਿਸ ਵਾਲੇ ਰੋਕਦੇ ਨੇ ਬੰਦੇ ਇੱਧਰੋਂ, ਜਿਹੜੇ ਅਫਸਰ ਆਉਂਦੇ ਨੇ ਉਹ ਮੂਵੀ ਬਣਾ ਕੇ ਅਤੇ ਉੱਥੇ ਪਾ ਦਿੰਦੇ ਨੇ ਵੀ ਆਹ ਗੇਟ ਤੁਹਾਡਾ ਬੰਦ ਪਿਆ, RPF ਕੀ ਕਰ ਰਹੀ, GRP ਕੀ ਕਰ ਰਹੀ ਹੈ, ਉਹ ਹੁਣ ਜਦੋਂ ਆਉਂਦੇ ਨੇ ਇਹ ਸਾਰੇ ਨਿਕਲ ਜਾਂਦੇ ਨੇ, ਫਸ ਦੂਜੇ ਜਾਂਦੇ ਨੇ ਜਿਹੜੇ ਰਾਹਗੀਰ ਹੁੰਦੇ ਆ। ਪਰ ਤੁਸੀਂ ਖੁਦ ਪ੍ਰਧਾਨ ਹੋ, ਅਸੀਂ ਵੀ ਕਾਫੀ ਦੇਖਿਆ ਤੁਹਾਡਾ ਵੀ ਆਟੋ ਅੱਗੇ ਪਿੱਛੇ ਲੱਗੇ ਹੁੰਦੇ, ਲੇਕਿਨ ਅਗਰ ਪੁਲਿਸ ਆਟੋ ਵਾਲੇ ਨੇ ਗਲਤੀ ਕੀਤੀ, ਉਹਦੀ ਗਲਤੀ ਹੋਈ ਤਾਂ ਉਹਨਾਂ ਦਾ ਫਰਜ਼ ਬਣਦਾ ਸੀ ਜਾਂ ਤਾਂ ਚਲਾਨ ਕਰਦੇ ਜਾਂ ਗੱਡੀ ਨੂੰ ਬੰਦ ਕਰਦੇ। ਕੀ ਲੱਗ ਰਿਹਾ ਵੀ ਉਹ ਮੁਲਾਜ਼ਮਾਂ ਦਾ ਇੱਦਾਂ ਇੱਕ ਆਟੋ ਚਾਹੇ ਇੱਦਾਂ ਤਸ਼ੱਦਦ ਆਣੀ, ਸੋਟੀਆਂ ਮਾਰਨੀ ਜਾਇਜ਼ ਆ? ਤੁਸੀਂ ਵੀ ਆਟੋ ਚਾਲਕ ਹੋ, ਠੀਕ ਹੈ ਤੁਹਾਡੀ ਗੱਲ, ਤੁਸੀਂ ਵੀ ਆਟੋ ਚਾਲ, ਤੁਸੀਂ ਪ੍ਰਧਾਨ ਹੋ, ਵੀ ਇਹ ਜਾਇਜ਼ ਹੈ ਕਿ ਨਜਾਇਜ਼, ਦੱਸੋ ਪਹਿਲਾਂ। ਇਹ ਸਰ ਕੋਈ ਗੱਡੀ ਕਹਿੰਦੇ ਜਿਹੜੇ ਮੁੰਡਿਆਂ ਨੇ, ਮੇਰਾ ਮਤਲਬ ਕਹਿੰਦਾ ਗੱਲ ਸਮਝ ਗਿਆ, ਤੁਸੀਂ ਦੱਸੋ, ਤੁਸੀਂ ਆਟੋ, ਤੁਸੀਂ ਪ੍ਰਧਾਨ ਹੋ ਆਟੋ ਚਾਲ ਸਟੇਸ਼ਨ ਦੇ, ਤੁਸੀਂ ਦੱਸੋ ਕੀ ਜੇ ਤਾਂ ਪੁਲਿਸ ਨੇ ਗਲਤੀ ਕੀਤੀ ਆਟੋ ਚਲਾਨ ਕਰਦੇ ਜਾਂ ਗੱਡੀ ਨੂੰ ਇੰਪਾਊਂਡ ਬੰਦ ਕਰ ਦਿੰਦੇ, ਕੀ ਸੋਟੀਆਂ ਮਾਰਨਾ ਉਸ ਗਰੀਬ ਬੰਦੇ ਦੇ ਉੱਪਰ ਜਾਇਜ਼ ਸੀ ਕਿ ਨਜਾਇਜ਼? ਜੀ ਉਹ ਤੁਹਾਡੀ ਗੱਲ ਠੀਕ ਹੈ ਵੀ ਗਲਤ ਹੈ, ਮੈਂ ਮੰਨਦਾ, ਲੇਕਿਨ ਉਹਨਾਂ ਮੁਲਾਜ਼ਮ ਹੀ ਨਹੀਂ ਪਤਾ ਕਿਹੜੇ ਨੇ ਜੀ, ਇੱਥੇ ਇੱਕ ਜਿਪਸੀ ਵੀ ਖੜੀ ਸੀਗੀ, ਉਹਨਾਂ ਦੇ ਮੁਲਾਜ਼ਮ ਵੀ ਸੀ, ਉਹ ਗੇਟ ਬੰਦ ਹੋਇਆ, ਉਹਨਾਂ ਨੇ ਪਤਾ ਨਹੀਂ ਬਕਾਇਦਾ ਨਾਮ ਲਾ ਰਿਹਾ ਬੰਦਾ, ਬਿਲਕੁਲ ਨਾਮ ਲੈ ਰਿਹਾ, ਦੋ ਬੰਦੇ ਹੈਗੇ ਆ, ਅਸੀਂ ਵੀ ਗੱਲਬਾਤ ਕਰਨ ਦੀ ਕੋਸ਼ਿਸ਼, GRP ਵੀ ਗੱਲ ਕਰਕੇ, RP ਬੰਦੇ ਹੋ ਗਏ ਮੁਲਾਜ਼ਮ ਹੋਏ, ਤਾਂ ਲੱਗਦਾ ਵੀ ਇੱਦਾਂ ਦੀ ਉਹਨਾਂ 'ਤੇ ਕਾਰਵਾਈ ਵੀ ਹੋਣੀ ਚਾਹੀਦੀ ਆ। ਨਹੀਂ ਉਹ ਤੁਹਾਡੀ ਗੱਲ ਠੀਕ ਹੈ ਸਰ, ਉਹਨਾਂ ਦੇ ਜਿਹੜੇ ਅਫਸਰ ਨੇ ਉਹਨਾਂ ਨੂੰ ਤੁਸੀਂ ਗੱਲ ਕਰਕੇ ਦੇਖ ਲਓ ਨਾ, ਉਹ ਇਹ ਆਟੋ ਚੱਲਦੇ ਪ੍ਰਧਾਨ ਸਟੇਸ਼ਨ ਦੇ ਕਿਤੇ ਨਾ ਕਿਤੇ ਅਗਰ ਹਿਮਾਇਤ ਹੋਣਾ ਚਾਹੀਦਾ ਆਟੋ ਚਾਲਕਾਂ ਦੇ ਵਿੱਚ, ਗਲਤੀ ਅਗਰ ਆਟੋ ਚਾਲਕ ਦੀ ਹੁੰਦੀ ਤਾਂ ਪੁਲਿਸ ਮੁਲਾਜ਼ਮਾਂ ਫਰਜ਼ ਬਣਦਾ ਉਹਨਾਂ ਦਾ ਚਲਾਨ ਜਾਂ ਗੱਡੀ ਨੂੰ ਬੰਦ ਕਰਨਾ ਫਰਦਾ, ਲੇਕਿਨ ਕਿਤੇ ਨਾ ਕਿਤੇ ਇੱਦਾਂ ਦੀ ਤਸ਼ੱਦਦ ਇਨਸਾਨੀ ਦੇ ਉੱਪਰ ਸ਼ਰਮਸਾਰ ਤਸਵੀਰ ਤੁਹਾਡੇ ਸਾਹਮਣੇ ਨਹੀਂ ਬਣਦੀ, ਲੇਕਿਨ ਕਿਤੇ ਕਿਤੇ ਆਟੋ ਚਾਲਕ ਦੇ ਪ੍ਰਧਾਨ ਮੇਰੇ ਸਾਹਿਬ ਮੌਜੂਦ ਹੈ, ਉਹ ਵੀ ਕਿਤੇ ਕਿਤੇ ਹਮਾਇਤ ਸਾਹਮਣੇ ਕਰਨ ਦੇ ਵਿੱਚ ਨਜ਼ਰ ਨਹੀਂ ਆਏ। ਆਓ ਗੱਲਬਾਤ ਕਰਦੇ ਪੁਲਿਸ ਮੁਲਾਜ਼ਮਾਂ ਨਾਲ, ਪੁਲਿਸ ਹੈ ਜਿਨ੍ਹਾਂ ਨੇ ਇਹ 'ਤੇ ਐਲੀਗੇਸ਼ਨ ਲੱਗੇ ਵੀ ਇਹਨਾਂ ਨੇ ਕਰਦੀ ਹੈ, ਗੱਲਬਾਤ ਕਰਦਾਂਗੇ, ਕੋਸ਼ਿਸ਼ ਕਰਾਂਗੇ। ਆਪਣੇ ਉਹ ਲੜਕੀ ਕੋ ਆਟੋ ਵਾਲ ਚਾਲਕ ਇਤਨੀ ਬੇਰਮੀ ਸੇ ਮਾਰਾ ਕਿ ਮੇਰੀ ਕੋਈ ਬਾਤ ਨਹੀਂ ਹੋਈ ਸੀ, ਨਹੀਂ ਉਹ ਆਪਣੇ ਸ਼ਰਿਆਮ ਜਾਨ ਨਾਲ ਆਪਣੇ ਇਸੇ ਉਸ ਡੰਡੇ ਸੇ ਝੂਠ ਬੋਲ ਰਹੇ ਪਾਸੇ, ਹੈ ਝੂਠ ਬੋਲ ਰਹੇ, ਉਹ ਚੋਟ ਕੈਸੇ ਲੱਗੀ ਸੀ? ਪਤਾ ਨਹੀਂ, ਮੈਨੂੰ ਕਹਿੰਦੇ ਚੋਟ ਲੱਗੀ ਸੀ ਵੀ ਆਪਕਾ ਬੰਦਾ ਹੀ ਕਾਮ ਐਸੇ ਮਾਰਨਾ ਉਸਕੋ, ਮੁਝੇ ਆਪਕਾ ਮੇਰੇ ਸਾਥ ਕੋਈ ਬਾਤ ਨਹੀਂ, ਚਲਾਨ ਕਰਨਾ ਬੰਦਾ ਸਾਹਿਬ ਕਾ ਗਾੜੀ ਬੰਦ ਕਰਨਾ ਬੰਦਾ, ਐਸੀ ਮੇਰੇ ਸਾਥ ਕੋਈ ਬਾਤ ਨਹੀਂ ਹੋਈ, ਮਾਨ ਬੰਦਾ ਖਰਾ ਜਿਹੜੇ ਮੁਲਾਜ਼ਮ ਹੈਗੇ ਆ ਇਹ ਬਿਲਕੁਲ ਧੱਕਾ ਕੀਤਾ, ਇਸ ਗੱਲ ਨੂੰ ਮੰਨਦੇ ਵੀ ਹੈਗੇ ਆ ਔਰ ਭੱਜਦੇ ਨਜ਼ਰ ਆ ਰਹੇ ਕੈਮਰੇ ਤੋਂ, ਕਿਉਂਕਿ ਕਸੂਰ ਕੀਤਾ
ਕਸੂਰ ਕੀਤਾ ਮੈਂ ਮਾਰਿਆ ਆਓ ਬੁਲਾਓ ਨਾ ਨਾਲ ਦੇ ਅਫਸਰ ਨੂੰ ਜਿਨ੍ਹਾਂ ਨੇ ਮਾਰੇ ਆ ਮੈਂ ਮਾਰਿਆ ਤੁਸੀਂ ਨਾਲ ਸੀਗੇ ਨਾ ਸਰ ਤੁਸੀਂ ਨਾਲ ਸੀਗੇ ਮੈਂ ਨਾਲ ਸੀਗੇ ਸਰ ਨਾ 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 ਸਾਹਿਬ ਇਹ ਕੰਮ ਕਿਉਂ ਆ ਬਾਕੀ ਰਹੇ ਹੋ ਆ ਬਾਕੀ ਰਹੇ ਹੋ ਮੈਂ ਆਫਿਸ ਮੇ ਜਾ ਰਹਾ ਹਾਂ ਆ ਬਾਕੀ ਰਹੇ ਨਾ ਤੁਸੀਂ ਕਰਕੇ ਗਲਤੀ ਕੀ ਆਪਨੇ ਮੈਨੂੰ ਕੋਈ ਬੋਲ ਲਗਾ ਗਲਤੀ ਹੋਈ ਆ ਮੇਰੇ ਸੇ ਕੋਈ ਗਲਤੀ ਨਹੀਂ ਹੋਈ ਮੈਂ ਸਾਥ ਮੇ ਥੇ ਆਪ ਨਹੀਂ ਸਾਥ ਮੇ ਥੇ ਮੈਂ ਨਹੀਂ ਥਾ ਸੋ ਤਸਵੀਰਾਂ ਦਿਖਾ ਰਹੀ ਆ ਆਪਣੇ ਦੂਸਰੇ ਅਫਸਰ ਕੋ ਬੁਲਾਓ ਇਹ ਮੁਲਖ ਰਾਜ ਆ ਜਿਹੜੇ ਨਾਲ ਸੀ ਉਸ ਟਾਈਮ ਇਸ ਸ਼ਖਸ ਦੇ ਉੱਪਰ ਜਦੋਂ ਅਤਿਆਚਾਰ ਕੀਤਾ ਤੇ ਕੈਮਰੇ ਨੂੰ ਦੇਖੇ ਮੀਡੀਆ ਦੇਖ ਕੇ ਇੱਥੋਂ ਭੱਜਦੇ ਨਜ਼ਰ ਆਏ ਸੋ ਕਿਤੇ ਨਾ ਕਿਤੇ ਅੱਜ ਰੇਲਵੇ ਸਟੇਸ਼ਨ ਦੇ ਉੱਪਰ ਇੱਕ ਆਟੋ ਚਾਲਕ ਦੇ ਉੱਪਰ RPF ਮੁਲਾਜ਼ਮਾਂ ਵੱਲੋਂ ਤਸ਼ੱਦਦ ਕਰਨ ਦਾ ਮਾਮਲਾ ਸਾਹਮਣੇ ਆਇਆ ਕੈਮਰਾਮੈਨ ਮਨੀਸ਼ ਨਾਲ ਸੰਦੀਪ ਸ਼ਰਮਾ ਜੈਸੀਆ ਟੀਵੀ ਲੁਧਿਆਣਾ ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਣੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ WhatsApp ਚੈਨਲ ਪਰ